ਅਸਲਾਮੁਆਲੇਕਮ ਵੈਲਕਮ ਬੈਕ ਟੂ ਮਾਈ ਚੈਨਲ ਅਮੂ ਜਫਰ ਤੇਜਾ ਤੇ ਮੈਂ ਉਮੀਦ ਕਰਦਾ ਤੁਸੀਂ ਜਿੱਥੇ ਵੀ ਹੋ ਸਾਰੇ ਠੀਕ ਠਾਕ ਹੋਵੋਗੇ ਅੱਜ ਉਮੀਦ ਤਾਂ ਕੀਤੀ ਸੀ ਕਿ ਦਿਨ ਬੜਾ ਸੋਹਣਾ ਸ਼ੁਰੂ ਹੋਏਗਾ ਬੇਟੇ ਨੇ ਸਕੂਲ ਛੱਡ ਕੇ ਆਇਆ ਤੇ ਵਾਪਸੀ ਦੇ ਉੱਤੇ ਨਾ ਮੈਂ ਆਪਣੀ ਗੱਡੀ ਐਮਓਟੀ ਟੈਸਟ ਵਾਸਤੇ ਦੇਣੀ ਸੀ ਇੱਥੇ ਯੂਕੇ ਦੇ ਵਿੱਚ ਨਾ ਹਰ ਸਾਲ ਦੇ ਐਂਡ ਤੇ ਤੁਸੀਂ ਆਪਣੀ ਗੱਡੀ ਦਾ ਇੱਕ ਟੈਸਟ ਕਰਾਉਣਾ ਹੁੰਦਾ ਕੰਪਰੀਹੈਂਸਿਵ ਉਹਦੇ ਵਿੱਚ ਨਾ ਕੁ ਸਰਟਨ ਸਟੈਂਡਰਡਸ ਹੁੰਦੇ ਨੇ ਜਿਹੜੇ ਤੁਹਾਡੀ ਗੱਡੀ ਨੂੰ ਨਾ ਮੀਟ ਕਰਨੇ ਪੈਂਦੇ ਨੇ ਅਮ ਸੇਫਟੀ ਮੇਂਟੇਨੈਂਸ ਹਰ ਹਵਾਲੇ ਤੇ ਨਾਲ ਤੇ ਅਗਰ ਉੱਥੇ ਤੱਕ ਨਾ ਪਹੁੰਚੇ ਨਾ ਫਿਰ ਤੁਹਾਡੀ ਗੱਡੀ ਆਬਵੀਅਸਲੀ ਰੋਡ ਤੇ ਨਹੀਂ ਹੱਸਦੀ ਤੁਹਾਨੂੰ ਉਹ ਕੰਮ ਜਿਹੜੇ ਨੇ ਉਹ ਕਰਵਾਉਣੇ ਪੈਂਦੇ ਨੇ ਅਦਰਵਾਈਜ਼ ਤੁਸੀਂ ਗੱਡੀ ਨਹੀਂ ਚਲਾ ਸਕਦੇ ਚਲਾਉਂਗੇ ਤੇ ਚੰਗਾ ਭਲੇ ਹੈਵੀ ਹੈਫਟੀ ਕਿਸਮ ਦੇ ਫਾਈਨਸ ਹੋ ਜਾਂਦੇ ਨੇ ਤੇ ਉਹ ਜਨਾਬ ਮੈਂ ਵਾਪਸੀ ਤੇ ਗੱਡੀ ਛੱਡੀ ਆ ਮਕੈਨਿਕ ਕੋ ਤੇ ਹੁਣ ਥੋੜੇ ਦੇਰ ਪਹਿਲਾਂ ਮਕੈਨਿਕ ਦਾ ਫੋਨ ਆਇਆ ਤੇ ਉਹਨੇ ਜਨਾਬ ਕਾਫੀ ਕੰਮ ਗਣਾਤੇ ਨੇ ਲੰਮਾ ਚੌੜਾ ਖਰਚਾ ਕੱਢ ਛੱਡਿਆ ਤੇ ਉਮੀਦ ਤਾਂ ਸੀ ਕਿ ਦਿਨ ਬੜਾ ਜਨਾਬ ਈਜ਼ੀ ਹੋਏਗਾ ਬਟ ਹੁਣ ਇਹਨਾਂ ਕੁਝ ਨਿਕਲੇ ਆਇਆ ਹੈ ਜੇ ਲੋ ਜੋ ਵੀ ਆ ਲੈਟਸ ਡੀਲ ਵਿਦ दैट ਤੇ ਹੋਰ ਵੀ ਦੇਖਦੇ ਹਾਂ ਕਿ ਦਿਨ ਸਾਡੇ ਵਾਸਤੇ ਕੀ ਕੁਝ ਲੈ ਕੇ ਆਉਂਦਾ ਉਹਦੇ ਨਾਲ ਨਾਲ ਜਿਹੜੀ ਮੈਂ ਉਹ ਗੱਲ ਸ਼ੁਰੂ ਕੀਤੀ ਹੋਈ ਆ ਕਹਾਣੀਆਂ ਤੁਹਾਨੂੰ ਫਰਾਡਸ ਦੇ ਉੱਤੇ ਸੁਣਾਉਣ ਵਾਲੀ ਕਿ ਆ ਜਿਹੜੇ ਫਰਾੜੀਏ ਲੋਕ ਨੇ ਉਹ ਕਿਦਾਂ-ਕਿਦਾਂ ਕਿਸ-ਕਿਸ ਕਿਸਮ ਦੇ ਹਥਖੰਡੇ ਇਸਤੇਮਾਲ ਕਰਦੇ ਨੇ ਮੇਰੇ ਰਗੈਸੀ ਦੇ ਸਾਡੇ ਬੰਦਿਆਂ ਨੂੰ ਫਸਾਉਣ ਵਾਸਤੇ ਤੇ ਉਹਦੇ ਮੁਤਲਕ ਇੱਕ ਹੋਰ ਸਟੋਰੀ ਆ ਉਹ ਤੁਹਾਡਾ ਨਾਲ ਸ਼ੇਅਰ ਕਰਾਂਗਾ। ਅਗਰ ਤੁਸੀਂ ਨਵੇਂ ਹੋ ਤੇ ਇਸ ਚੈਨਲ ਦੇ ਉੱਤੇ ਮੈਂ तकरीबन ਹਰ ਕਿਸਮ ਦੀਆਂ ਵੀਡੀਓਜ਼ ਅਪਲੋਡ ਕਰਦਾ ਹਾਂ। ਡੇਲੀ ਵਲੌਗਸ, ਟਰੈਵਲਿੰਗ ਵਲੌਗਸ, ਟੈਕ ਰਿਵਿਊਜ਼, ਅਨਬਾਕਸਿੰਗ, ਹਾਈਕਿੰਗ ਇਹ ਬਹੁਤ ਸਾਰੀਆਂ ਵੀਡੀਓਜ਼ ਮੈਂ ਪਾਈਆਂ ਹੋਈਆਂ ਨੇ। ਤੇ ਕੁਆਇਟ ਰੀਸੈਂਟਲੀ ਨਾ ਮੈਂ ਫਾਈਨੈਂਸ਼ੀਅਲ ਫਰਾਡ ਦੇ ਉੱਤੇ ਇੱਕ ਸੀਰੀਜ਼ ਸ਼ੁਰੂ ਕੀਤੀ ਹੈ। ਜਿੱਦੇ ਕਿ ਨਾ ਮੈਂ ਆਪਣਾ ਨੋਲੇਜ ਸ਼ੇਅਰ ਕਰਦਾ ਤੁਹਾਡੇ ਨਾਲ ਕਿ ਜਿਹੜੇ ਫਰਾੜੀਆ ਬਾਹਰ ਤੋਂ ਇਹ ਫਿਰਨ ਡਏ ਨੇ ਉਹ ਸਿੱਧੇ ਸਾਦੇ ਮਿਰਰ ਕੇ ਸਿੱਧੇ ਸਾਦੇ ਭੋਲੇ ਬੰਦਿਆਂ ਨੂੰ ਆਪਣੇ ਟ੍ਰਿਕ ਚ ਆਪਣੇ ਜਾਲ ਚ ਕਿਦਾਂ ਫਸਾ ਲੈਂਦੇ ਨੇ ਉਹਦੇ ਮੁਤਲਕ ਜਿਹੜਾ ਮੇਰੇ ਕੋਲ ਨੌਲੇਜ ਹੈ ਮੈਂ ਤੁਹਾਨੂੰ ਨਾਲ ਸ਼ੇਅਰ ਕਰਦਾ ਆ ਉਹ ਕੀ ਆ ਉਹ ਕੀ ਕਰਦੇ ਨੇ ਉਹਨਾਂ ਤੋਂ ਕਿਦਾਂ ਬਚਿਆ ਜਾ ਸਕਦਾ ਆ ਉਸ ਕਿਸਮ ਦੀ ਮੈਂ ਵੀਡੀਓਜ਼ ਬਣਾਉਣੀ ਸ਼ੁਰੂ ਕੀਤੀਆਂ ਨੇ ਅਗਰ ਤੁਸੀਂ ਇਹ ਜਿਹੀਆਂ ਵੀਡੀਓਜ਼ ਪਸੰਦ ਕਰਦੇ ਹੋ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਜੇ ਤੋਂ ਸਬਸਕ੍ਰਾਈਬ ਕਰੋਗੇ ਬੈਲ ਨੋਟੀਫਿਕੇਸ਼ਨ ਦਾ ਬਟਨ ਜ਼ਰੂਰ ਪ੍ਰੈਸ ਕਰ ਲਓ ਬਿਕਾਉਜ਼ ਦੈਟਸ ਹਾਊ ਯੂ ਗੋਇੰਨਾ ਫਾਈਂਡ ਆਊਟ ਵੈਨ ਅ ਨਿਊ ਵੀਡੀਓ ਗੋਜ਼ ਆਨਲਾਈਨ ਚਲੋ ਜੀ ਲੰਚ ਦਾ ਹੁਣ ਟਾਈਮ ਹੋ ਗਿਆ ਲੰਚ ਦਾ ਕੋਈ ਬੰਦੋਬਸਤ ਕਰ ਲਈਏ ਮੈਂ ਨਾ ਅੱਜ ਕੱਲ ਜ਼ਰਾ ਪਰਹੇਜੀ ਤਨ ਵੀ ਕਹਾਂਗਾ ਜਿਹੜਾ ਡਾਕਟਰਾਂ ਦੇ ਨਸੀਹਤ ਦੇ ਮੁਤਾਬਕ ਖਾਣੇ-ਖਾਣੇ ਸ਼ੁਰੂ ਕੀਤੇ ਹੋਏ ਨੇ ਮੈਂ ਨੂੰ ਕਾਫੀ ਅਰਸਾ ਹੋ ਗਿਆ ਡਾਕਟਰਾਂ ਨੇ ਕਿਹਾ ਹੋਇਆ ਕਿ ਮੇਰਾ ਕੋਲੇਸਟ੍ਰੋਲ ਵਾਧਦਾ ਤੇ ਉਹਦੇ ਵਾਸਤੇ ਹੁਣ ਮੈਂ ਦਵਾਈਆਂ ਸ਼ੁਰੂ ਤੇ ਲਈਆਂ ਕੋਈ ਨਹੀਂ ਹੈਗੀਆਂ ਉਹਨਾਂ ਨੇ ਸੁਜੈਸਟ ਕੀਤਾ ਸੀਗਾ ਕਿ ਜਨਾਬ ਆਹ ਕਰ ਲਓ ਮੈਂ ਕਿਹਾ ਨਹੀਂ ਜੀ ਮੈਨੂੰ ਫਿਲਹਾਲ ਰਹਿਣ ਦਿਓ ਮੈਂ ਕੋਈ ਹੋਰ ਹੀ ਬੰਦੋਬਸਤ ਕਰ ਲਵਾਂ ਤੇ ਮੈਨੂੰ ਹੁਣ ਕੁਆਇਟ ਰੀਸਨਲੀ ਪਤਾ ਲੱਗਿਆ ਇੱਕ ਫਰੂਟ ਹੁੰਦਾ ਅਵੋਕਾਡੋ ਉਹਨੂੰ ਕਹ ਤੇ ਉਹ ਬੇਸਿਕਲੀ ਨਾ ਬਾਡੀ ਦੇ ਵਿੱਚ ਨਾ ਬੇਸਿਕਲੀ ਦੋ ਤਰ੍ਹਾਂ ਦੇ ਕੋਲੇਸਟਰੋਲ ਹੁੰਦੇ ਆ ਇੱਕ ਹੁੰਦਾ ਗੁੱਡ ਕੋਲੇਸਟਰੋਲ ਤੇ ਇੱਕ ਹੁੰਦਾ ਬੈਡ ਕੋਲੇਸਟਰੋਲ ਤੇ ਇਹਦੀ ਖੂਬੀ ਇਹ ਆ ਐਵੋਕਾਡੋ ਦੀ ਇਹ ਗੁੱਡ ਕੋਲੇਸਟਰੋਲ ਨੂੰ ਵਧਾਉਂਦਾ ਆ ਤੇ ਬੈਡ ਕੋਲੇਸਟਰੋਲ ਨੂੰ ਘਟਾਉਂਦਾ ਆ ਤੇ ਇਹ ਮੈਂ ਜਦੋਂ ਖਾਣ ਦੀ ਕੋਸ਼ਿਸ਼ ਕੀਤੀ ਸੀ ਪਹਿਲੇ ਇਦਾਂ ਹੀ ਇੱਕ ਦਿਨ ਤੇ ਇਹਦਾ ਟੇਸਟ ਬੇਸਿਕਲੀ ਨਾ ਤੁਸੀਂ ਕਹਿ ਲੋ ਕਿ 70% ਤਾਂ ਨਾ ਟੇਸਟਲੈਸ ਹੈ ਟੇਸਟਲੈਸ ਆ ਲੇਕਿਨ ਨਾ ਕੋ 30% ਜਿਹੜਾ ਦਾ ਟੇਸਟ ਆਉਂਦਾ ਨਾ ਉਹ ਉਬਲੇ ਹੋਏ ਆਂਡੇ ਵਾਲਾ ਟੇਸਟ ਆ ਕੋਈ ਇਹਨਾਂ ਅੱਛਾ ਨਹੀਂ ਹੈਗਾ ਉਸੇ ਪਰਦੇ ਫਾ ਖਾਵਾਂ ਤੁਹਾਨੂੰ ਉਲਟੀ ਹੀ ਆਏਗੀ ਲੇਕਿਨ ਫਿਰ ਇੱਕ ਦਿਨ ਮੈਂ ਇਹਨੂੰ ਬ੍ਰੈਡ ਦੇ ਉੱਤੇ ਨਾ ਸੈਂਡਵਿਚ ਜਿਹਾ ਬਣਾ ਕੇ ਖਾਦਾ ਥੈਟ ਵਾਸ ਨਾਈਸ ਤੇ ਅੱਜ ਵੀ ਮੈਂ ਇਹਨੂੰ ਉਦਾਂ ਹੀ ਖਾਣਾ ਹੈ ਇਹਨੂੰ ਬੇਸਿਕਲੀ ਨਾ ਕੱਟ ਲਈਦਾ ਆ ਹਾਫ ਤੇ ਇਹਦੇ ਵਿੱਚ ਨਾ ਸੀਡ ਹੁੰਦਾ ਬੜਾ ਵੱਡਾ ਗੋਲ ਮਟੋਲ ਜਿਹਾ ਨਾ ਲਾ ਕਰ ਜੇ ਇਹ ਸਹੀ ਹੋ ਗਿਆ ਤੇ ਇਹਨੂੰ ਜਨਾਬ ਐਦਾਂ ਖੋਲੀ ਦੇ ਆ ਜਿਹੜਾ ਵਿੱਚ ਦਾ ਸੀਡ ਇਹਨੂੰ ਜਰਾ ਸਲੀਕੇ ਨਾਲ ਕਾ ਚਲੋ ਆਹ ਬਹਰਾਲ ਜੀ ਸੀਡ ਹੈ ਦਾ ਇਹਨੂੰ ਕੱਢ ਕੇ ਸਿੱਟ ਦੇਈਦਾ ਔਰ ਜਿਹੜਾ ਹਾਫ ਮੈਂ ਹੁਣ ਖਾਵਾਂਗਾ ਤੇ ਜਿਹੜਾ ਅਦਰ ਹਾਫ ਉਹਨੂੰ ਆਪਾਂ ਰੱਖ ਦਿੰਨੇ ਆ ਫਟੂ ਮਾਰ ਇਹ ਜਿਹੜੀ ਲੋਕ ਆ ਨਾ ਇਹ ਬਟਰੀ ਜੀ ਲੁੱਕ ਹੁੰਦੀ ਹੈ ਜਿਵੇਂ ਬਟਰ ਹੁੰਦਾ ਤੇ ਆਹ ਦਾ ਸ਼ੈਲ ਕਾਫੀ ਸੋਲਿਡ ਹੁੰਦਾ ਤੇ ਇਹਨੂੰ ਕੱਢਣ ਵਾਸਤੇ ਨਾ ਬਸ ਇਦਾਂ 스ਪੂਨ ਪਾਓ ਇੱਕ ਪਾਸੇ ਔਰ ਇਨਸ਼ਾਅੱਲਾ ਇਹਨੇ ਨਿਕਲੇ ਆਉਣਾ ਬਿਲਕੁਲ ਇਸ ਫਾਰਮ ਦੇ ਵਿੱਚ ਆ ਦੇਖੋ ਆ ਨਿਕਲ ਆਇਆ ਤੇ ਹੁਣ ਨਾ ਮੈਂ ਤਾਂ ਇਹਨੂੰ ਕੀਤਾ ਸੀ ਇਹਨੂੰ ਮੈਸ ਜਿਆ ਕਰ ਲਿਆ ਸੀਗਾ ਉਹਦੇ ਨਾਲ ਨਾ ਇਹ ਜ਼ਰਾ ਪੇਸਟ ਜਿਆ ਬਣ ਜਾਂਦਾ ਔਰ ਬ੍ਰੈਡ ਤੇ ਲਾਉਣ ਵਾਸਤੇ ਨਾ ਅੱਛਾ ਮਜ਼ੇਦਾਰ ਜਿਆ ਹੋ ਜਾਂਦਾ ਮਜ਼ੇਦਾਰ ਤਾਂ ਕੋਈ ਨਹੀਂ ਹੈਗਾ ਮੈਂ ਸਿੱਧੀ ਤੁਹਾਨੂੰ ਗੱਲ ਦੱਸਾਂ ਬਟ ਇਹਦੇ ਫਾਇਦੇ ਇੰਨੇ ਨੇ ਇਸ ਵਾਸਤੇ ਨਾ ਖਾਣਾ ਸ਼ੁਰੂ ਕੀਤਾ ਹੈ ਹੁਣ ਇਹਨੂੰ ਆਪਾਂ ਨਾ ਕਿਸੇ ਵੀ ਜੈਮ ਵਾਂਗੂ ਬਟਰਾਂ ਵਾਂਗੂ ਟੋਸ ਦੇ ਉੱਤੇ ਲਾ ਕੇ ਤੇ ਆਪਣਾ 샌ਡਵਿਚ ਤਿਆਰ ਕਰ ਲੈਣਾ ਆ ਲਓ ਜੀ ਆਪਣਾ ਸੈਂਡਵਿਚ ਹੋ ਗਿਆ ਤਿਆਰ ਬੈਠ ਕੇ ਹੁਣ ਆਪਣਾ ਲੰਚ ਕਰਦੇ ਆਂ ਔਰ ਬ੍ਰੇਕ ਇੰਜੋਏ ਕਰਦੇ ਆਂ ਹਾਂਜੀ ਕੋਈ ਫਰਕ ਤੁਹਾਨੂੰ ਫੀਲ ਹੋ ਰਿਹਾ ਹੈ ਸ਼ੇਪਸ਼ੂ ਹੋਈ ਹੈ ਉਹ ਦਰਸਲ ਰੋਲਾ ਇਹ ਹੈ ਕਿ ਮੈਨੂੰ ਵਲੌਗ ਸ਼ੁਰੂ ਕੀਤੇ ਆਂ ਤੀਸਰਾ ਚੌਥਾ ਦਿਨ ਹੋ ਗਿਆ ਤੇ ਗੱਲ ਸਿਰੇ ਨਹੀਂ ਚੜਨ ਦੇ ਤੇ ਅੱਜ ਵੀਕਐਂਡ ਆ ਗਿਆ ਉਠਿਆ ਵੀ ਮੈਂ ਅੱਜ ਲੇਟ ਆਂ ਵੀਕਐਂਡ ਦੇ ਹਿਸਾਬ ਨਾਲ ਤੇ ਗੱਲਾਂ ਤੁਹਾਡੇ ਨਾਲ ਕਰਨੀਆਂ ਸੀਗੀਆਂ ਉਹ ਫਾਈਨੈਂਸ਼ੀਅਲ ਫਰਾਡਸ ਦੇ ਉੱਤੇ ਜਿਹੜੇ ਲੋਗ ਟ੍ਰਿਕ ਟ੍ਰਿਕ ਕਰਦੇ ਆਂ ਅੱਜ ਮੈਂ ਦੋ ਗੱਲਾਂ ਸੋਚੀਆਂ ਹੋਈਆਂ ਨੇ ਛੋਟੀਆਂ ਛਡੀਆਂ ਤੁਹਾਡੇ ਨਾਲ ਕਰਨ ਵਾਸਤੇ ਜਿਨ੍ਹਾਂ ਦੇ ਵਿੱਚੋਂ ਪਹਿਲੀ ਤਾਂ ਹੈਗੀ ਪੇਪਲ ਰਿਲੇਟਡ ਜਿਹੜੇ ਲੋਗ ਕੋਈ ਆਨਲਾਈਨ ਬਾਇੰਗ ਐਂਡ ਸੇਲਿੰਗ ਕਰਦੇ ਨੇ ਉਹਨਾਂ ਨੂੰ ਬੜੀ ਅੱਛੀ ਤਰ੍ਹਾਂ ਪਤਾ ਹੋਣਾ ਪੇਪਲ ਇੱਕ ਬੈਂਕ ਹੀ ਆ ਇੱਕ ਕਿਸਮ ਦਾ ਬਟ ਆਨਲਾਈਨ ਬੈਂਕ ਆ ਉਹਦਾ ਜਿਹੜਾ ਅਕਾਊਂਟ ਹੁੰਦਾ ਉਹ ਬੇਸਿਕਲੀ ਤੁਹਾਡਾ ਈਮੇਲ ਅਕਾਊਂਟ ਹੀ ਹੁੰਦਾ ਔਰ ਅਗਰ ਤੁਸੀਂ ਪੇਮੈਂਟ ਰੀਸੀਵ ਕਰਨੀ ਹੈ ਤੇ ਤੁਸੀਂ ਆਪਣਾ ਈਮੇਲ ਅਕਾਊਂਟ ਦਿੰਨੇ ਹੋ ਲੋਕਾਂ ਨੂੰ ਉਹ ਲੋਗ ਆਪਣੇ ਪੇਪਲ ਦੇ ਥਰੂ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਪਾ ਦਿੰਦੇ ਨੇ ਤੇ ਇਹ ਜਿਹੜਾ ਟ੍ਰਿਕ ਨਾ ਲੋਕ ਕਰਦੇ ਇਦਾਂ ਨੇ ਅ ਪਹਿਲੇ ਮੈਂ ਤੁਹਾਨੂੰ ਸੀਨ ਦੱਸਦਾ ਕਿ ਸੀਨ ਕਿਦਾਂ ਕ੍ਰੀਏਟ ਹੁੰਦਾ ਸੀਨ ਦਰਸਲ ਇਹਦਾ ਹੁੰਦਾ ਕਿ ਤੁਹਾਡੇ ਪੇਪਲ ਦੇ ਅਕਾਊਂਟ ਦੇ ਵਿੱਚ 1000 1200 ਪਾਉਂਡ ਡਾਲਰ ਯੂਰੋ ਦਿਰਮ ਰਿਆਲ ਐਨੀ ਕੁ ਹੈਵੀ ਅਮਾਉਂਟ ਆ ਜਾਂਦੀ ਹੈ ਤੁਸੀਂ ਹੁਣ ਸੋਚੀ ਪੈਨ ਕਿ ਯਾਰ ਇਹ ਇੰਨੇ ਪੈਸੇ ਕਿੱਧਰੋਂ ਆ ਗਏ ਨਾ ਮੈਂ ਕਿਸੇ ਤੋਂ ਲੈਣੇ ਸੀ ਨਾ ਮੈਂ ਕੁਝ ਐ ਵੇਚੀ ਆ ਇਹ ਮਤਲਬ ਸਮਝ ਨਹੀਂ ਆਈ ਤੁਸੀਂ ਐਸੇ ਸ਼ਸ਼ੋ ਪੰਜ ਹੁੰਨੇ ਕੋ ਯਾਰ ਇਹ ਕਿਧਰਾਂ ਕਿੱਦੋਂ ਆ ਗਏ ਪੈਸੇ ਤੇ ਅਚਾਨਕ ਹੀ ਨਾ ਤੁਹਾਡਾ ਫੋਨ ਵਜਦਾ ਤੁਹਾਡਾ ਕੋਈ ਜਾਣਨ ਵਾਲਾ ਤੁਹਾਡਾ ਡਾਇਰੈਕਟ ਜਾਣਨ ਵਾਲਾ ਨਹੀਂ ਤੁਹਾਡੇ ਕਿਸੇ ਦੋਸਤ ਦੇ ਅੱਗੇ ਦੋਸਤ ਦਾ ਦੋਸਤ ਤੁਹਾਡੇ ਕਿਸੇ ਭਰਾ ਦੇ ਦੋਸਤ ਦਾ ਅੱਗੇ ਦੋਸਤ ਮਤਲਬ ਕੋਈ ਡਿਸਟੈਂਟ ਕੋਈ ਕੁਐਂਟਸ ਟਾਈਪ ਨਾ ਬੰਦਾ ਕਹਿੰਦਾ ਯਾਰ ਉਹ ਮੈਂ ਫਲਾਣਾ ਬੋਲ ਰਿਹਾ ਤੁਹਾਨੂੰ ਆਪਣਾ ਇੰਟਰੋਡਕਸ਼ਨ ਕਰਵਾਏਗਾ ਫਿਰ ਕਹਿ ਕੇ ਯਾਰ ਉਹ ਗਲਤੀ ਹੋ ਗਈ ਯਾਰ ਮੈਂ ਪੇਮੈਂਟ ਕਰਨ ਲੱਗਿਆ ਸੀ ਫਲਾਣੇ ਕਿਸੇ ਬੰਦੇ ਨੂੰ ਤੇ ਤੇਰੇ ਅਕਾਊਂਟ 'ਚ ਪੇਮੈਂਟ ਕਰ ਹੋ ਗਈ ਯਾਰ ਤੇ ਤੂੰ ਪਲੀਜ਼ ਮਿਹਰਬਾਨੀ ਕਰ ਮੈਨੂੰ ਵਾਪਸ ਭੇਜ ਦੇ ਤੁਸੀਂ ਹੁਣ ਕਹਿੰਦੇ ਚੱਲ ਯਾਰ ਮੇਰੇ ਭਰਾ ਦੇ ਦੋਸਤ ਦਾ ਦੋਸਤ ਆ ਜਾਂ ਮੇਰੇ ਅੱਗੇ ਦੋਸਤ ਦੇ ਦੋਸਤ ਦਾ ਦੋਸਤ ਤੇ ਕੋਈ ਨਾ ਹਾਂਜੀ ਕਿੱਦਾਂ ਪੇਮੈਂਟ ਕਰਨਾ ਨਾ ਪੇਪਲ ਵਿੱਚ ਅਸਲ ਜਦੋਂ ਤੁਸੀਂ ਪੇਮੈਂਟ ਰੀਸੀਵ ਕਰਦੇ ਹੋ ਨਾ ਪੇਮੈਂਟ ਨੂੰ ਵਾਪਸ ਸੈਂਡ ਕਰਨ ਵਾਸਤੇ ਤਰੀਕਾ ਹੁੰਦਾ ਉਹਨੂੰ ਕਹਿੰਦੇ ਰੀਫੰਡ ਉਸੇ ਤੁਸੀਂ ਪੇਮੈਂਟ ਤੇ ਰਾਈਟ ਕਲਿਕ ਦੇ ਕੇ ਨਾ ਰੀਫੰਡ ਦਾ অপਸ਼ਨ ਸੈਲੈਕ ਕਰੋ ਔਰ ਉਹ ਪੇਮੈਂਟ ਜਿੱਥੋਂ ਆਈ ਹੁੰਦੀ ਹੈ ਜਿਸ ਸੋਰਸ ਤੋਂ ਆਈ ਹੁੰਦੀ ਹੈ ਉੱਥੇ ਵਾਪਸ ਚਲੀ ਜਾਂਦੀ ਹੈ ਬਟ ਉਹ ਜਿਹੜਾ ਬੰਦਾ ਹੁੰਦਾ ਨਾ ਉਸ ਨੂੰ ਕਹੇਗਾ ਯਾਰ ਪਲੀਜ਼ ਮਿਹਰਬਾਨੀ ਕਰ ਵਾਪਸ ਕਰ ਦਿਓ ਤੁਸੀਂ ਐਗਰੀ ਕਰ ਲੈਣ ਵਾਪਸ ਕਰਨ ਵਾਸਤੇ ਤੇ ਉਹ ਤੁਹਾਨੂੰ ਕਹਿੰਦਾ ਯਾਰ ਮੇਰੇ ਫਲਾਣੇ ਪੇਪਲ ਅਕਾਊਂਟ 'ਚ ਭੇਜ ਦੇ ਤੁਸੀਂ ਨਾ ਉਹ ਪੇਪ ਤੋ ਜਿਹੜੇ ਪੇਮੈਂਟ ਆ ਬੇਸਿਕਲੀ ਫਾਰਵਰਡ ਕਰ ਦਿੰਨੇ ਹੋ ਇੱਕ ਦੂਸਰੇ ਪੇਪਲ ਅਕਾਊਂਟ ਨੂੰ ਤੇ ਕੁਝ ਦਿਨਾਂ ਬਾਅਦ ਜਨਾਬ ਕੋਈ ਬੈਂਕ ਕੋਈ ਅਥਾਰਟੀ ਤੁਹਾਨੂੰ ਅਪਰੋਚ ਕਰਦੀ ਹੈ ਕਹਿੰਦੀ ਹੈ ਕਿ ਤੁਹਾਡੇ ਬੈਂਕ ਪੇਪਲ ਅਕਾਊਂਟ ਦੇ ਵਿੱਚ ਜੀ ਇੰਨੇ ਪੈਸੇ ਆਏ ਸੀ ਤੇ ਉਹ ਪਲੀਜ਼ ਵਾਪਸ ਕਰੋ ਤੁਸੀਂ ਪੁੱਛੋਗੇ ਜੀ ਕਿਉਂ ਵਾਪਸ ਕਿਉਂ ਕਰੀਏ ਉਹ ਕਹਿਣਗੇ ਜੀ ਇਹ ਕਿਸੇ ਚੋਰੀ ਦੇ ਕ੍ਰੈਡਿਟ ਕਾਰਡ ਤੋਂ ਸੀਗੇ ਕਿਸੇ ਨੇ ਕਾਰਡ ਚੋਰੀ ਕੀਤਾ ਹੈ ਤੇ ਤੁਹਾਨੂੰ ਪੇਮੈਂਟ ਕੀਤੀ ਹੈ ਤੇ ਤੁਸੀਂ ਮਿਹਰਬਾਨੀ ਕਰੋ ਪੇਮੈਂਟ ਵਾਪਸ ਕਰੋ ਹੁਣ ਤੁਸੀਂ ਉਹ ਜਿਹੜੀ ਪੇਮੈਂਟ ਆ ਉਹ ਅੱਗੇ ਕਿਸੇ ਥਰਡ ਪਾਰਟੀ ਨੂੰ ਫਾਰਵਰਡ ਕਰ ਚੁੱਕੇ ਹੋਏ ਆਂ ਤੇ ਤੁਸੀਂ ਜੀ ਨਾ ਉਹਨੂੰ ਪੁੱਛਦੇ ਹੋ ਉਹ ਤੁਹਾਨੂੰ ਜੀ ਨਾ ਪੱਲਾ ਹੀ ਨਹੀਂ ਫੜਾਉਂਦਾ ਤੇ ਐਟ ਦਾ ਐਂਡ ਆਫ ਦਾ ਡੇ ਉਹ ਜਿਹੜਾ 1000 1200 1300 ਰਿਆਲ ਯੂਰੋ ਪਾਉਂਡ ਤੇ ਰਮ ਜੋ ਕੁਝ ਵੀ ਹੁੰਦਾ ਉਹ ਤੁਹਾਡੇ ਗਾਲ ਪੈ ਜਾਂਦਾ ਤੇ ਕਰਦੇ ਕੀ ਨੇ ਉਹ ਬੇਸਿਕਲੀ ਟ੍ਰਿਕ ਕੀ ਹੁੰਦਾ ਹੈ ਉਹ ਜਿੱਦਾਂ ਉਹ ਜਿੱਦਾਂ ਤੁਹਾਨੂੰ ਬੈਂਕ ਵਾਲੇ ਕਹਿਣਗੇ ਜੀ ਕਾਰਡ ਚੋਰੀ ਹੋਇਆ ਸੀਗਾ ਉਹ ਚੋਰੀ ਕਰਦੇ ਨੇ ਕਾਰਡ ਨੂੰ ਕਾਰਡ ਨੂੰ ਚੋਰੀ ਕਰਕੇ ਜਿੱਦਾਂ ਵੀ ਕਰਦੇ ਨੇ ਇਸ ਡਿਟੇਲ 'ਚ ਆਪਣੀ ਪੈਂਦੇ ਕਿ ਉਹ ਤੁਹਾਡੇ ਪੇਪਲ ਦੇ ਅਕਾਊਂਟ ਵਿੱਚ ਪੇਮੈਂਟ ਪਾ ਦਿੰਦੇ ਨੇ ਤੁਹਾਡੇ ਪੇਪਲ ਵਿੱਚ ਅਕਾਊਂਟ ਪੇਮੈਂਟ ਪਾਉਂਦੇ ਨੇ ਤੇ ਤੁਹਾਡੇ ਥਰੂ ਆਪਣੇ ਇੱਕ ਜ਼ਾਤੀ ਪੇਪਲ ਟ੍ਰਾਂਸਫਰ ਕਰਾ ਕੇ ਤੇ ਗਾਇਬ ਹੋ ਜਾਂਦੇ ਨੇ ਤੁਸੀਂ ਜੀ ਨਾਬ ਫਸ ਜਾਂਦੇ ਹੋ ਹੁਣ ਇਹਦਾ ਸੱਦੇ ਬਾਪ ਕੀ ਕਿਦਾਂ ਕਰਨਾ ਹੈ ਬਚਣਾ ਕਿਦਾਂ ਤੁਸੀਂ ਜਾਂ ਤਾਂ ਉਹ ਰਾਈਟ ਕਲਿਕ ਕਰਕੇ ਰੀਫੰਡ ਕਰੋ ਜਦੋਂ ਰੀਫੰਡ ਕਰੋਗੇ ਨਾ ਤੇ ਜਿਸ ਸੋਰਸ ਤੋਂ ਆਏ ਨੇ ਨਾ ਪੈਸੇ ਜਿਸ ਪੇਪਲ ਤੋਂ ਆਏ ਨੇ ਜਿਸ ਕਾਰਡ ਤੋਂ ਆਏ ਨੇ ਉਸ ਕਾਰਡ ਦੇ ਵਿੱਚ ਜਾਣਗੇ ਪੈਸੇ ਇੱਕ ਤਾਂ ਇਹ ਹੈ ਦੂਸਰਾ ਇਹ ਹੈ ਕਿ ਜਿਹੜੀ ਮੈਂ ਤੁਹਾਨੂੰ ਚੀਜ਼ ਐਕਸਪਲੇਨ ਕੀਤੀ ਆ ਉਸ ਸ਼ਿਕਾਰੀ ਨੂੰ ਇਹ ਸਾਰੀ ਚੀਜ਼ ਐਕਸਪਲੇਨ ਕਰੋ ਤੇ ਉਹਨੂੰ ਕਹਾਂ ਕੋਈ ਪਾਈ ਜਿੱਦ ਹੁਣ ਪੁਲਿਸ ਜਾਂ ਬੈਂਕ ਮੈਨ ਨਾਲ ਰਾਬਤਾ ਕਰੇਗਾ ਨਾ ਮੈਂ ਉਹਨਾਂ ਨੂੰ ਦਵਾਂਗਾ ਤੇਰੀ ਮਿਹਰਬਾਨੀ ਮੈਂ ਤੈਨੂੰ ਨਹੀਂ ਵਾਪਸ ਕਰਨ ਮੈਂ ਮੈਨੂੰ ਪਤਾ ਹੈ ਕਿ ਤੇਰੀ ਟ੍ਰਿਕ ਕੀ ਆ ਸੋ ਇਹ ਆ ਦੂਸਰੀ ਸਟੋਰੀ ਪਹਿਲੀ ਸਟੋਰੀ ਦੂਸਰੀ ਦੂਸਰੀ ਤੁਹਾਨੂੰ ਦੱਸਦਾ ਯਾਰ ਹੁਣ ਮੈਨੂੰ ਬ੍ਰੈਕਫਾਸਟ ਕਰ ਲੈਣ ਦੋ ਬ੍ਰੈਕਫਾਸਟ ਕਰਦੇ ਆ ਫਿਰ ਦੂਸਰੀ ਨੂੰ ਕੰਟੀਨਿਊ ਕਰਦੇ ਹੁਣ ਮੈਂ ਤੁਹਾਨੂੰ ਦੂਸਰੀ ਸਟੋਰੀ ਸੁਣਾਉਣਾ ਉਹ ਵੀ ਕ੍ਰੈਡਿਟ ਕਾਰਡ ਰਿਲੇਟਡ ਹੀ ਆ ਉਹਦੇ ਵਿੱਚ ਹੁੰਦਾ ਦਾ ਅਸਲ ਇਹ ਆ ਕਿ ਕੋਈ ਬੰਦਾ ਆਪਣਾ ਜਾਂ ਕੋਈ ਤੀਸਰੇ ਬੰਦੇ ਦਾ ਨਾਮ ਚੋਰੀ ਕੀਤਾ ਹੈ ਕ੍ਰੈਡਿਟ ਕਾਰਡ ਤੁਹਾਡੇ ਸਪੁਰਦਤ ਕਰ ਤੁਹਾਡੇ ਇਲਮ ਚ ਲੈ ਆਏ ਬਗੈਰ ਤੁਹਾਡੇ ਤੋਂ ਕੋਈ ट्रांजैक्शन ਕਰਵਾਉਂਦੇ ਆ ਤੇ ਉਸ ट्रांजैक्शन ਦਾ ਫਾਇਦਾ ਜ਼ਾਹਰ ਅਲਟੀਮੇਟਲੀ ਉਹ ਚੁੱਕਦੇ ਆ ਇਹ ਜਿਹੜੀਆਂ ਚੀਜ਼ਾਂ ਨੇ ਨਾ ਜ਼ਿਆਦਾ ਖਤਰਨਾਕ ਹਨ ਉਹਨਾਂ ਮੁਲਕਾਂ ਦੇ ਵਿੱਚ ਨੇ ਜਿੱਥੇ ਅਨਸਿਕਿਉਰਡ ਲੋਨ ਕ੍ਰੈਡਿਟ ਕਾਰਡ ਜਾਂ ਪਰਸਨਲ ਲੋਨਸ ਉਹਨਾਂ ਬਹੁਤ ਸੰਜੀਦਗ ਨਾਲ ਦੇਖਿਆ ਜਾਂਦਾ ਖਾਸੂਸੀ ਤੌਰ ਤੇ ਜਿਹੜੇ ਅਰਬ ਕੰਟਰੀ ਨੇ ਨਾ ਸਾਊਦੀ ਅਰਬ ਯੂਏਈ ਕਤਰ ਬਹਰੇਨ ਜਿਹੜੇ ਇਸ ਸੰਦੇ ਅਮੀਰ ਅਮੀਰ ਅਰਬ ਕੰਟਰੀਜ਼ ਨੇ ਉਹ ਇਹਨਾਂ ਚੀਜ਼ਾਂ ਨੂੰ ਬਹੁਤ ਸਵੀਰ ਲੈਂਦੇ ਨੇ ਬਾਹਰਲੇ ਮੁਲਕਾਂ ਦੇ ਵਿੱਚ ਨਾ ਲਾਈਕ ਯੂਰੋਪੀਅਨ ਜਾਂ ਅਮਰੀਕਨਸ ਨੇ ਇੱਥੇ ਤੁਸੀਂ ਕ੍ਰੈਡਿਟ ਕਾਰਡ ਟ੍ਰਾਂਜੈਕਸ਼ਨ ਕੀਤੀ ਬੰਦਾ ਡਿਫਾਲਟ ਕਰ ਗਿਆ ਜਾਂ ਬੰਦਾ ਉਰੇ ਪਰੇ ਹੋ ਗਿਆ ਤੇ ਉਹ ਬੈਂਕ ਔਰ ਕ੍ਰੈਡਿਟ ਕਾਰਡ ਜਿਹੜੀ ਕੰਪਨੀ ਜਿਹੜੀ ਹੁੰਦੀ ਆ ਦੇਖਾਂਡ ਨਾਥਿੰਗ ਅਬਾਊਟ ਇਟ ਲੇਕਿਨ ਇਹਨਾਂ ਅਰਬ ਮੁਲਕਾਂ ਦੇ ਵਿੱਚ ਅਗਰ ਤੁਸੀਂ ਕੋਈ ਪਰਸਨਲ ਲੋਨ ਲਿਆ ਕਾਰਡ ਲਿਆ ਕਾਰ ਲਈਆ ਲੋਨ ਦੇ ਉੱਤੇ ਤੇ ਉਹਦੀ ਤੁਸੀਂ ਪੇਮੈਂਟਸ ਨਹੀਂ ਕਰ ਸਕਦੇ ਤੇ ਯੂ ਆਰ ਇਨ ਅ ਬਿਗ ਟ੍ਰਬਲ ਔਰ ਦੁਬਈ ਦੇ ਵਿੱਚ ਨਾ एयरपोर्ट ਦੇ ਨਜ਼ਦੀਕ ਤੁਹਾਨੂੰ ਪਾਰਕਿੰਗ ਲੋਟਸ ਦੇ ਵਿੱਚ ਮਤਲਬ ਬੜੀਆਂ ਮਹਿੰਗੀਆਂ ਕਾਰਾਂ ਖੜੀਆਂ-ਖੜੀਆਂ ਰੌਟਨ ਹੁੰਦੀਆਂ ਉਹ ਨਜ਼ਰ ਆਉਣਗੀਆਂ ਉਹਦੀ ਵਜ੍ਹਾ ਇਹ ਹੁੰਦੀ ਹੈ ਕਿ ਜਿਸ ਬੰਦੇ ਨੇ ਲਈਆਂ ਹੁੰਦੀਆਂ ਨੇ ਉਹ ਉਹਦੀਆਂ ਪੇਮੈਂਟਸ ਹੁਣ ਕੀਪਅਪ ਨਹੀਂ ਕਰ پا ਰਿਹਾ ਫਾਈਨੈਂਸ਼ਲੀ ਸਟਰਗਲ ਕਰ ਰਿਹਾ ਤੇ ਉਹ ਗ੍ਰਫਤਾਰੀਆਂ ਤੋਂ ਬਚਣ ਵਾਸਤੇ ਜੇਲ੍ਹਾਂ ਤੋਂ ਬਚਣ ਵਾਸਤੇ ਕਿਉਂਕਿ ਉਹਨਾਂ ਦੇ ਮੁਲਕਾਂ ਦੇ ਵਿੱਚ ਐਸੇ ਡਿਫਾਲਟ ਦੇ ਵੇਰ ਤੋਂ ਤੁਹਾਨੂੰ ਜੇਲ੍ਹ ਹੋ ਸਕਦੀ ਹੈ ਇਸ ਲਈ ਉਹਨਾਂ ਮੁਲਕਾਂ ਦੇ ਵਿੱਚ ਬਹੁਤ ਸੀਰੀਅਸ ਆ ਤੁਹਾਨੂੰ ਮੈਂ ਸਟੋਰੀ ਸੁਣਾਉਣਾ ਹੈ ਜਿਹੜਾ ਤਕਰੀਬਨ ਇੱਕ ਸੱਚਾ ਵਾਕਿਆ ਹੈ ਲੇਕਿਨ ਆਬਵੀਅਸਲੀ ਮੈਂ ਕੈਰੈਕਟਰਸ ਨੂੰ ਔਰ ਚੀਜ਼ਾਂ ਨੂੰ ਹਾਈਡ ਰੱਖਾਂਗਾ ਹੋਇਆ ਦਰਸਲ ਇਹ ਕਿ ਇਦਾਂ ਦੇ ਇੱਕ ਅਰਬ ਕੰਟਰੀ ਦੇ ਵਿੱਚ ਕਿਸੇ ਇੱਕ ਬੰਦੇ ਨੇ ਕਿਸੇ ਮਤਲਬ ਮਿਸਟਰ A ਨੇ ਮਿਸਟਰ B ਤੋਂ ਲੈਣੇ ਸੀ ਪੈਸੇ ਮਿਸਟਰ B ਨੇ ਉਧਾਰ ਫੜੇ ਸੀ ਕਿ ਮਿਸਟਰ A ਤੋਂ ਹੋਣੀ ਤੋਂ ਮਿਸਟਰ ਏ ਨੇ ਉਹਨਾਂ ਤੋਂ ਪੈਸਿਆਂ ਦੀ ਡਿਮਾਂਡ ਕੀਤੀ ਕਿ ਯਾਰ ਤੂੰ ਮੈਨੂੰ ਪੈਸੇ ਮੇਰੇ ਲੈ ਪੈਸੇ ਲੈ ਸੀ ਮੇ ਤੋਂ ਮਰਦਾ ਨਹੀਂ ਹੈਗਾ ਤੂੰ ਤੇ ਪਤਾ ਚੱਲਿਆ ਜੀ ਉਹ ਬੰਦਾ ਵਾਪਸ ਚਲਾ ਗਿਆ ਆ ਆਪਣੇ ਹੋਮ ਲੈਂਡ ਬੰਗਲਾਦੇਸ਼ ਉੱਥੇ ਜਨਾਬ ਮਤਲਬ ਉਸ ਅਰਬ ਮੁਲਕ ਚੋਂ ਨਿਕਲ ਕੇ ਤੇ ਆਪਣੇ ਮੁਲਕ ਚਲਾ ਗਿਆ ਆ ਤੇ ਜਦੋਂ ਜਿਹਨੇ ਪੈਸੇ ਲੈਣੇ ਸੀਗੇ ਉਹਨੇ ਫੋਨ ਕੀਤਾ ਤੇ ਉਹਨੂੰ ਪਤਾ ਲੱਗਿਆ ਕਿ ਜੀ ਮੈਂ ਤਾਂ ਹੁਣ ਬੰਗਲਾਦੇਸ਼ ਬੈਠਾ ਹਾਂ ਤੇ ਤੂੰ ਐਂ ਕਰਿਆ ਮੈਂ ਹੀ ਕਰ ਸਕਦਾ ਕਿ ਤੂੰ ਨਾ ਮੈਂ ਕ੍ਰੈਡਿਟ ਕਾਰਡ ਤੈਨੂੰ ਭੇਜ ਦਿੰਨਾ ਆਪਣਾ ਤੇ ਤੂੰ ਨਾ ਐਨੂੰ ਸਵਾਈਪ ਕਰਾ ਕੇ ਤੇ ਪੈਸੇ ਕਢਾ ਲਾ ਤੇ ਆਪਣੇ ਪੈਸੇ ਰੱਖ ਲਾ ਤੇ ਥੋੜੇ ਬਹੁਤੇ ਪੈਸੇ ਕਢਾ ਲਈ ਉਹ ਚ ਆਪਣੇ ਪੈਸੇ ਰੱਖ ਲਈ ਤੇ ਬਾਕੀ ਜਿਹੜੇ ਐਕਸੈਸ ਨੇ ਉਹ ਮੈਨੂੰ ਭੇਜੀ ਦੀ ਤੇ ਉਹ ਜਨਾਬ ਐਮਜੀ ਹੋਇਆ ਉਹਨੇ ਪੋਸਟ ਦੇ ਵਿੱਚ ਪਾਤਾ ਕਾਰਡ ਉਹਦੇ ਕੋ ਆ ਗਿਆ ਅਰਬ ਕੰਟਰੀ ਦੇ ਵਿੱਚ ਅਰਬ ਕੰਟਰੀ ਦੇ ਵਿੱਚ ਉਹ ਬੰਦਾ ਹੁਣ ਦੁਕਾਨ ਤੇ ਗਿਆ ਹੁਣ ਇਹ ਕਿ ਵੀ ਸਿਆਪਾ ਹੈ ਨਾ ਸਾਡੇ ਦੇਸੀਆਂ ਦਾ ਨਾਰਮਲੀ ਜੇ ਤੁਸੀਂ ਕਾਰਡ ਤੋਂ ਪੇਮੈਂਟ ਕਰਦੇ ਹੋ ਤਰੀਕਾ ਤਾਂ ਇਹ ਹੁੰਦਾ ਕਿ ਤੁਸੀਂ ਕਿਸੇ ਸ਼ਾਪ ਜਾਨੇ ਹੋ ਚੀਜ਼ਾਂ ਪਰਚੇਸ ਕਰਦੇ ਹੋ ਚੀਜ਼ਾਂ ਬਾਈ ਕਰਦੇ ਹੋ ਏਟੀਐਲ ਤੇ ਆ ਕੇ ਤੁਸੀਂ ਕਾਰਡ ਸਵਾਈਪ ਕਰਦੇ ਹੋ ਤੁਹਾਡੀ ਪੇਮੈਂਟ ਥਰੂ ਹੋ ਜਾਂਦੀ ਹੈ ਕ੍ਰੈਡਿਟ ਕਾਰਡ ਕੰਪਨੀ ਤੋਂ ਮਰਚੈਂਟ ਨੂੰ ਚਲੀ ਜਾਂਦੀ ਹੈ ਲੇਕਿਨ ਸਾਡਾ ਦੇਸ਼ੀਆਂ ਦਾ ਇੱਕ ਵੀ ਰੋਲਾ ਹੈ ਨਾ ਕਿ ਅਸੀਂ ਅਸੀਂ ਦੁਕਾਨਾਂ ਲੱਭੀਆਂ ਹੁੰਦੀਆਂ ਨੇ ਜਿਹੜੀਆਂ ਸਿਰਫ ਕਾਰਡ ਸਵਾਈਪ ਕਰਕੇ ਨਾ ਸੁਪੋਜ਼ 1000 ਡਾਲਰ ਦਾ ਕਾਰਡ ਸਵਾਈਪ ਕੀਤਾ ਤੇ ਬਜਾਇ ਇਸ ਦੇ ਕਿ ਤੁਸੀਂ ਉੱਥੇ ਕੋਈ ਚੀਜ਼ ਲਵੋ ਉਹ ਮਰਚੈਂਟ ਨਾ ਤੁਹਾਨੂੰ ਕੈਸ਼ ਦੇ ਦਿੰਦਾ ਹੈ ਕਿਉਂਕਿ ਜੇ ਤੁਸੀਂ ਕਾਰਡ ਸਵਾਈਪ ਕਰਦੇ ਹੋ ਬੈਂਕ ਦਾ ਕੋ ਕਮਿਸ਼ਨ ਹੁੰਦਾ ਲਾਈਕ 1% ट्रांजैक्शन ਫੀ ਤੇ ਉਹ ਇੰਜ ਕਰੇਗਾ ਤੁਸੀਂ 1000 ਦਾ ਕਾਰਡ ਸਵਾਈਪ ਕੀਤਾ 20000 ਦੇ ਵਿੱਚ 1% ਡਿਡਕਟ ਕਰਕੇ ਨ ਦੁਕਾਨਦਾਰ ਤੋਂ ਪੈਸੇ ਵਾਪਸ ਕਰ ਦਿੰਦਾ ਤੇ ਉਹ ਜਨਾਬ ਬੰਦੇ ਨੇ ਇੰਜ ਕੀਤਾ ਉਹਨੇ ਕੋਈ ਦੁਕਾਨ ਲੱਭੀ ਹੋਈ ਸੀ ਉਹਨੂੰ ਜਦੋਂ ਕੈਡ ਕਾਰਡ ਮਿਲਿਆ ਉਹ ਉਸ ਦੁਕਾਨ ਤੇ ਚਲਾ ਗਿਆ ਉਸ ਦੁਕਾਨ ਵਾਲੇ ਨੂੰ ਜਾ ਕੇ ਕਹਿੰਦਾ ਜੀ ਮੈਨੂੰ ਆ ਤੁਸੀਂ 30000 ਰਿਆਲ ਦਾ ਕਾਰਡ ਸਵਾਈਪ ਕਰ ਦੋ ਉਹਨੇ ਕਿਹਾ ਹੋਣਾ ਕਿ 30000 ਰਿਆਲ ਦਾ ਕਰ ਦੇ 30000 ਰਿਆਲ ਦਾ ਕਾਰਡ ਸਵਾਈਪ ਕਰਤਾ ਤੇ ਉਹਦੇ ਚੋਂ 2000 ਰਿਆਲ ਉਸ ਬੰਦੇ ਨੇ ਆਪਣੇ ਰੱਖ ਲਏ ਤੇ ਬਾਕੀ 28000 ਰਿਆਲ ਨੂੰ ਭੇਜ ਤੇ ਵਾਪਸ ਬੰਗਲਾਦੇਸ਼ ਹੁਣ ਇਹਨਾਂ ਆਪ ਕੁਐਸਚਨ ਦਿਨਾਂ ਬਾਅਦ ਪਤਾ ਲੱਗ ਗਿਆ ਕਿ ਉਹ ਬੰਦਾ ਤਾਂ ਕਿਸੇ ਵਜ੍ਹਾ ਤੋਂ ਡਿਪੋਰਟ ਹੋ ਗਿਆ ਹੈ ਸਾਊਦੀ ਅਰਬ ਚ ਤੇ ਉਹਨੇ ਤਾਂ ਕੋਈ ਮਤਲਬ ਉੱਥੇ ਲੋਚ ਲਫੰਗ ਕੀਤੀ ਤੇ ਅਥਾਰਟिटीज ਨੇ ਉਹਨੂੰ ਨਾ ਫੜ ਕੇ ਤੇ ਡਿਪੋਰਟ ਕਰਤਾ ਹੁਣ ਇਹਨੂੰ ਡਿਪੋਰਟ ਕੀਤਾ ਆਬਵੀਅਸਲੀ ਕਿਉਂ ਕ੍ਰੈਡਿਟ ਕਾਰਡ ਸੀਗਾ ਕ੍ਰੈਡਿਟ ਕਾਰਡ ਅਥਾਰਟੀ ਨੂੰ ਹਲੇ ਨਹੀਂ ਸੀ ਪਤਾ ਕਿ ਉਹ ਡਿਪੋਰਟ ਹੋ ਗਿਆ ਉਹਨੇ ਆਪਣਾ ਕਾਰਡ ਭੇਜਤਾ ਉਸ ਬੈਕ ਉਸ ਬੰਦੇ ਨੂੰ ਜਿਹੜਾ ਆਲਰੇਡੀ ਸਾਊਦੀਆ ਦੇ ਵਿੱਚ ਮੌਜੂਦ ਸੀਗਾ ਉਹਨੇ ਨਾ ਸਾਊਦੀਆ ਦੇ ਵਿੱਚ ट्राਨੈਕਸ਼ਨ ਕੀਤੀ ਆਪਣੇ ਵਿਚਾਰੇ 2000 ਵਾਸਤੇ ਤੇ ਆਪਣੇ 2000 ਰੁਪਏ ਰੱਖ ਲਏ ਤੇ 28000 ਨੂੰ ਵਾਪਸ ਭੇਜ ਤੇ ਤੇ ਹੁਣ ਹੋਣਾ ਕੀ ਹੈ ਜਿੱਦੋਂ ਉਸ ਬਿੱਲ ਦੀ ਡਿਊ ਡੇਟ ਆਉਣੀ ਹੈ ਉਸ ਕ੍ਰੈਡਿਟ ਕਾਰਡ ਦੀ ਉਹਨਾਂ ਨੇ ਨਾਬ ਬਿੱਲ ਭੇਜਣਾ ਹੈ ਉਸ ਐਡਰੈਸ ਤੇ ਜਿਸ ਦੇ ਉੱਤੇ ਬੰਦਾ ਰਹਿੰਦਾ ਸੀਗਾ ਉੱਥੇ ਨਾ ਬੰਦਾ ਨਾ ਬੰਦੇ ਦੀ ਜ਼ਾਤ ਜਦੋਂ ਇਨਵੈਸਟੀਗੇਸ਼ਨ ਸ਼ੁਰੂ ਹੋਣੀ ਹੈ ਨੇ ਕਿ 30000 ਦੀ ਟ੍ਰਾਂਜ਼ੈਕਸ਼ਨ ਕਿੱਥੋਂ ਹੋਈ ਸੀ ਤੇ ਪਤਾ ਲੱਗਣਾ ਜੀ ਉਸ ਮਰਚੈਂਟ ਤੇ ਹੋਈ ਸੀਗੀ ਉੱਥੇ ਜਿਹਨਾਂ ਫਲਾਣਾ ਬੰਦਾ ਆਇਆ ਸੀਗਾ ਸੀਸੀਟੀਵੀ ਫੁਟੇਜ ਹੋਣੀਆਂ ਨੇ ਤੇ ਉਹ ਜਿਹੜਾ ਬੰਦੇ ਨੇ ਆਪਣੇ 2000 ਲੈਣ ਵਾਸਤੇ ਇਹ ਸਭ ਕੁਝ ਕੀਤਾ ਉਹਨੂੰ ਆਪਣੇ 2000 ਵੀ ਪੈ ਜਾਣ ਉਹਨੂੰ 28000 ਉਹ ਵੀ ਪੈਸੇ ਨੇ ਜਿਹੜੇ ਉਹ ਬੰਦਾ ਲੈ ਕੇ ਬੰਗਲਾਦੇਸ਼ੋਂ ਅਯਾਸ਼ੀ ਕਰਨ ਦੇ ਆ। ਲਿਹਾਜ਼ਾ ਇਸ ਕਿਸਮ ਦੀ ਜਿਹੜੀਆਂ ਚੀਜ਼ਾਂ ਨੇ ਨਾ ਇਹ ਬਹੁਤ ਇhtiyat ਦੇ ਨਾਲ ਦੇਖਣ ਜ਼ਰੂਰਤ ਹੁੰਦੀ ਹੈ ਇਹਨਾਂ ਨੂੰ। ਜਦੋਂ ਕੋਈ ਬੰਦਾ ਤੁਹਾਨੂੰ ਇਹਦਾ ਕ੍ਰੈਡਿਟ ਕਾਰਡ ਦਵੇ ਕਿ ਭਾਈ ਤੂੰ ਆਹ ਟ੍ਰਾਂਜ਼ੈਕਸ਼ਨ ਕਰ ਲਾ ਤੇ ਮੈਨੂੰ ਪੈਸੇ ਬਹੁਤੇ ਪੈਸੇ ਭੇਜ ਦੀਆਂ ਥੋੜੇ ਪੈਸੇ ਭੇਜ ਦੀ ਉਹਨੂੰ ਕਹੋ ਜੀ ਨੋ। ਮੈਂ ਤੇਤੋ ਜਿਹੜੇ 2000 ਲੈਣੇ ਨੇ ਨਾ ਤੂੰ ਮੈਨੂੰ ਮੇਰੇ 2000 ਉਦਾਂ ਹੀ ਦੇ ਜਿੱਦਾਂ ਮੈਂ ਲੇਸੀ ਲੇਕਿਨ ਫੇਰ ਬੰਦਾ ਮਜਬੂਰੀ ਦੇ ਆਲਮ ਚ ਕਹਿੰਦਾ ਹੈ ਯਾਰ ਇਹ ਤੋਂ ਲੱਭਣੇ ਨਹੀਂ ਹੈਗੇ ਪੈਸੇ ਇਹਨੂੰ ਜਿੱਦਾਂ ਮਿਲਦੇ ਨੇ ਲੈ ਲਓ ਤੇ ਉਸ ਵਾਸਤੇ ਨਾ ਮੈਂ ਤੁਹਾਨੂੰ ਇੱਕ ਨਸੀਹਤ ਕਰਾਂਗਾ ਮੇਰਾ ਪਰਸਨਲ ਜਿਹੜਾ ਐਕਸਪੀਰੀਅੰਸ ਹੈ ਨਾ ਮੇਰਾ ਪਰਸਨਲ ਰੂਲ ਆ ਲੋਗਾਂ ਨੂੰ ਉਧਾਰੇ ਪੈਸੇ ਦੇਣ ਦਾ ਪਹਿਲੀ ਗੱਲ ਤਾਂ ਹੈ ਕਿ ਮੈਂ ਸੌਖਾ ਕਿਸੇ ਨੂੰ ਦਿੰਦਾ ਨਹੀਂ ਹੈਗਾ ਅਗਰ ਮੈਂ ਕਿਸੇ ਨੂੰ ਦਵਾ ਨਾ ਮਿਸਾਲ ਤੌਰ ਤੇ ਕੋਈ ਬੰਦਾ ਮੇਰੇ ਕੋ ਆ ਗਿਆ ਮੈਨੂੰ ਨਹੀਂ ਨਾ ਕਰ ਸਕਦਾ ਤੇ ਮੈਂ ਉਹਨੂੰ ਜਿੱਦੋਂ ਦੇਣੇ ਨੇ ਨਾ ਪੈਸੇ ਤੇ ਮੈਂ ਆਪਣੇ ਦਿਲ ਨੂੰ ਤਸੱਲੀ ਦੇ ਦੇਣੀ ਦੇ ਲੈਣੀ ਆ ਕਿ ਭਰਾਵਾ ਇਹ ਪੈਸੇ ਹੁਣ ਵਾਪਸ ਨਹੀਂ ਮਿਲਣੇ ਤੇ ਭੁੱਲ ਜਾ ਹੁਣ ਕਿ ਇਹਦੇ ਨੂੰ ਤੈਨੂੰ ਪੈਸੇ ਵਾਪਸ ਮਿਲਣਗੇ। ਲਿਹਾਜ਼ਾ ਅਗਰ ਹੁਣ ਤੂੰ ਉਮੀਦ ਲਾ ਲਈ ਆ ਕਿ ਪੈਸੇ ਇੱਥੋਂ ਮਿਲਣਗੇ ਤੇ ਜਦੋਂ ਤੂੰ ਮਹੀਨੇ ਬਾਅਦ ਮੰਗੇ ਤੇ ਨਾ ਮਿਲਣ ਉਹ ਜਿਹੜਾ ਸਦਮਾ ਹੋਣਾ ਨਾ ਉਸ ਤੋਂ ਬਿਹਤਰ ਹੈ ਕਿ ਹੁਣੇ ਦਿਲ ਉੱਤਸਲੀ ਦੇ ਲੋ। ਲਿਹਾਜ਼ਾ ਮੇਰਾ ਤਾਂ ਇਹ ਰੂਲ ਆ। ਲੇਕਿਨ ਅਗਰ ਤੁਸੀਂ ਇਸ ਕਿਸਮ ਦੇ ਸਿਚੁਏਸ਼ਨ ਚ ਆ ਜਾਈਂ ਜਦੋਂ ਕੋਈ ਤੁਸੀਂ ਕਿਸੇ ਤੋਂ ਪੈਸੇ ਲੈਣੇ ਨੇ ਉਹ ਬੰਦਾ ਕਹੇ ਮੇਰਾ ਕ੍ਰੈਡਿਟ ਕਾਰਡ ਲੈ ਲਾ ਇੱਥੋਂ ਟ੍ਰਾਂਜ਼ੈਕਸ਼ਨ ਕਰ ਲਾ ਤੇ ਅਗਰ ਤੁਸੀਂ ਕਰਨਾ ਹੀ ਤਾਂ ਪ੍ਰੋਪਰ ਇਨਵੈਸਟਿਗੇਟ ਕਰੋ ਕਿ ਭਾਈ ਤੂੰ ਕਿੱਥੇ ਆ ਇਹ ਕਾਰਡ ਕਿਹਦਾ ਆ? ਤੂੰ ਇਹ ਮਤਲਬ ਅਪ ਟੂ ਡੇ ਹੈ ਜਾਂ ਪੇਮੈਂਟ ਆ ਜਾਂ ਉਹਨੂੰ ਆਪਣਾ ਜਿਹੜਾ ਕਨਸਰਨ ਉਹ ਸਿੱਧਾ ਦੱਸੋ ਭਾਈ ਮੇਰਾ ਇਹ ਕਨਸਰਨ ਮੈਂ ਇਹਦੇ ਵਿੱਚ ਇਨਵੋਲਵ ਹੋਣਾ ਚਾਹੁੰਦਾ ਤੁਮੈਨੂੰ ਮੇਰੇ ਪੈਸੇ ਤੇ ਚਲੋ ਜੀ ਅਗਰ ਇਹ ਸਟੋਰੀਆਂ ਕੋ ਮਾੜਾ ਮੋਟਾ ਤੁਹਾਨੂੰ ਫਾਇਦਾ ਦੇ ਰਹੀਆਂ ਨੇ ਪਲੀਜ਼ ਲਾਈਕ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਔਰ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਓ ਕਿ ਇਹ ਜੀਆਂ ਵੀਡੀਓਜ਼ ਤੁਹਾਨੂੰ ਕੈਸੀਆਂ ਲੱਗ ਰਹੀਆਂ ਨੇ ਅਗਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹਲੇ ਤੱਕ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਜਦੋਂ ਤੁਸੀਂ ਕਰੋਗੇ ਉਦੋਂ ਬੈਲ ਆਈਕਨ ਤੇ ਜ਼ਰੂਰ ਪ੍ਰ ਫਰਮਾ ਬਹੁਤ ਸਾਰਾ ਖਿਆਲ ਰੱਖਿਓ ਤੁਹਾਡੇ ਨਾਲ ਮੁਲਾਕਾਤ ਹੋਗੀ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਅੱਲਾ ਹਾਫਿਜ਼